ਡਾਕਟਰ ਸਾਹਿਬ ਅਸੀਂ ਪ੍ਰੋਲੈਪਸ ਦੀ ਅੱਜ ਗੱਲ ਕਰਾਂਗੇ ਮੈਂ ਜਿਵੇਂ ਗੱਲ ਕੀਤੀ ਹੈ ਕਿ ਵਿਮਨਸ ਕਈ ਵਾਰੀ ਦੱਸਦੀਆਂ ਨਹੀਂ ਉਹਨਾਂ ਨੂੰ ਬਿਮਾਰੀ ਹੁੰਦੀ ਹੈ ਜਾਂ ਇਹ ਡਿਸੀਜ਼ ਹੁੰਦੀ ਹੈ ਕਈ ਵਾਰੀ ਉਹ ਖੁੱਲ੍ਹ ਕੇ ਨਹੀਂ ਸਾਹਮਣੇ ਆ ਪਾਉਂਦੀਆਂ ਪਹਿਲਾਂ ਤਾਂ ਪ੍ਰੋਲੈਪਸ ਦੇ ਬਾਰੇ ਦੱਸੋ ਸਾਨੂੰ ਹੁੰਦਾ ਕੀ ਹੈ ਅਰਸ਼ ਹੋਇਆ ਕਿ ਪਿਛਲੇ ਦਿਨਾਂ 'ਚ ਮੈਨੂੰ ਇੱਕ ਲੇਡੀ ਦਾ ਫੋਨ ਆਇਆ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੁਸੀਂ ਸਾਰੀਆਂ ਡਿਜ਼ੀਜ਼ ਦੇ ਬਾਰੇ 'ਚ ਗੱਲਾਂ ਕੀਤੀਆਂ ਲੇਕਿਨ ਤੁਸੀਂ ਇਹਦੇ ਬਾਰੇ 'ਚ ਕਦੀ ਸ਼ੋਅ ਨਹੀਂ ਕੀਤਾ ਮੈਂ ਗੌਰ ਕੀਤਾ ਵਾਕਈ ਮੈਂ ਇਹ ਪਰਸੋਂ ਦੀ ਗੱਲ ਹੈ ਸ਼ਾਇਦ ਜਾਂ ਕੱਲ੍ਹ ਦੀ ਗੱਲ ਹੈ ਪਰਸੋਂ ਕੱਲ੍ਹ ਪਰਸੋਂ ਦੋ ਇੱਕ ਦੋ ਦਿਨਾਂ ਦੀ ਗੱਲ ਹੈ ਅਤੇ ਮੈਂ ਵਾਕਈ ਗੌਰ ਕੀਤਾ ਕਿ ਇਹਦੇ ਬਾਰੇ 'ਚ ਅਸੀਂ ਕਦੇ ਗੱਲ ਨਹੀਂ ਕੀਤੀ ਕਿਉਂਕਿ ਇੱਕ ਐਸੀ ਡਿਜ਼ੀਜ਼ ਹੈ ਜਿਹਦੇ ਬਾਰੇ 'ਚ ਲੇਡੀਜ਼ ਗੱਲ ਕਰਦੇ ਆ ਸ਼ਰਮ ਮਹਿਸੂਸ ਕਰਦੀ ਆ ਲੇਕਿਨ ਉਹ ਇਸ ਸ਼ਰਮ ਦੀ ਵਜ੍ਹਾ ਤੋਂ ਉਹਨਾਂ ਦੀ ਉਹ ਡਿਜ਼ੀਜ਼ ਵਰਸ ਹੁੰਦੀ ਹੈ ਬੈਟਰ ਨਹੀਂ ਹੁੰਦੀ ਉੱਧਰ ਤਾਂ ਤੁਹਾਨੂੰ ਪਤਾ ਕੋਈ ਇਲਾਜ ਨਹੀਂ ਟ੍ਰੈਡੀਸ਼ਨਲ ਤਰੀਕੇ ਨਾਲ ਅਤੇ ਉਹ ਵਿਚਾਰੇ ਨੂੰ ਹੋਰ ਖਰਾਬ ਕਰਦੇ ਅਤੇ ਮੇਰੇ ਕੋਲ ਇਸ ਦੇ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਚੁੱਪ ਕਰਕੇ ਆ ਕੇ ਕਹਿਣਗੇ ਕਿ ਡੋਰ ਬੰਦ ਕਰ ਦਿਓ ਤੁਹਾਨੂੰ ਇੱਕ ਗੱਲ ਪੁੱਛਣੀ ਹੈ ਅਤੇ ਫਿਰ ਉਹ ਵਿਚਾਰੇ ਉਹ ਗੱਲ ਕਰਦੇ ਨੇ ਅਤੇ ਉਹਦਾ ਬੜਾ ਆਸਾਨ ਇਲਾਜ ਹੈ ਉਹਦਾ ਹੱਲ ਹੋ ਜਾਂਦਾ ਉਹਦਾ ਕੋਈ ਇਸ਼ੂ ਨਹੀਂ ਔਰ ਇਹਨੂੰ ਫੜਨ ਦਾ ਤਰੀਕਾ ਬੈਸਟ ਤਾਂ ਇਹੀ ਹੈ ਕਿ ਤੁਸੀਂ ਆਪਣੀ ਸਭ ਤੋਂ ਪਹਿਲਾਂ ਤਾਂ ਬੈਡ ਫੂਡਸ ਨੂੰ ਬਾਹਰ ਕੱਢੋ ਆਪਣੀ ਲਾਈਫ 'ਚੋਂ ਬੈਡ ਫੂਡਸ ਇਹਦੇ ਲਈ ਸਭ ਤੋਂ ਬੈਡ ਫੂਡ ਹੈ ਕੈਫੀਨ ਕੈਫੀਨ ਹੁਣ ਕਦੇ ਕਦੇ ਚਾਹ ਤੁਸੀਂ ਦੱਸੋ ਕੈਫੀਨ ਸਭ ਤੋਂ ਪਹਿਲਾਂ ਤਾਂ ਅਸੀਂ ਸਵੇਰੇ ਮਾਰਨਿੰਗ 'ਚ ਜਿਹਨੂੰ ਕੈਫੀਨ ਹੈ ਨਾ ਚਾਹ 'ਚ ਫਿਰ ਅਸੀਂ ਪੀਂਦੇ ਹਾਂ ਕੌਫੀ ਸੋ ਇਹ ਚੀਜ਼ਾਂ ਸਾਨੂੰ ਛੱਡ ਦੇਣੀਆਂ ਚਾਹੀਦੀਆਂ ਇਹ ਚੀਜ਼ਾਂ ਛੱਡ ਨਹੀਂ ਦੇਣੀਆਂ ਚਾਹੀਦੀਆਂ ਇਸ ਚੀਜ਼ਾਂ ਨੂੰ ਘਰੋਂ ਬਾਹਰ ਕੱਢ ਦੇਣਾ ਅੱਛਾ ਦੇਖਣਾ ਵੀ ਨਹੀਂ ਚਾਹੀਦਾ ਕਿਉਂਕਿ ਫੂਡ ਇੱਕ ਅਜਿਹਾ ਅਸੀਂ ਕਹਿ ਸਕਦੇ ਹਾਂ ਅਸੀਂ ਫੂਡ ਖਾਂਦੇ ਹਾਂ ਨਾ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਕੰਟਰੋਲ ਵੀ ਅਸੀਂ ਫੂਡ ਦੇ ਨਾਲ ਕਰ ਸਕਦੇ ਹਾਂ ਅਤੇ ਵਧਾ ਵੀ ਫੂਡ ਦੇ ਨਾਲ ਸਕਦੇ ਹਾਂ ਕਿ ਜਿਸ ਤਰ੍ਹਾਂ ਦਾ ਅਸੀਂ ਫੂਡ ਖਾਂਦੇ ਹਾਂ ਤੁਹਾਨੂੰ ਉਸ ਤਰ੍ਹਾਂ ਦੀ ਤੁਹਾਡੀ ਬੋਡੀ ਹੈ ਉਸ ਤਰ੍ਹਾਂ ਦੀਆਂ ਤੁਹਾਨੂੰ ਡਿਸੀਜ਼ ਹੈਗੀਆਂ ਨੇ ਜਿਹੜੇ ਲੋਕ ਚਾਹ ਪੀਂਦੇ ਆ ਨਾ ਜ਼ਿਆਦਾ ਜਾਂ ਕੈਫੀਨ ਜਿਵੇਂ ਵੀ ਅਸੀਂ ਗੱਲ ਕੀਤੀ ਜ਼ਿਆਦਾ ਲੈਂਦੇ ਆ ਉਹਨਾਂ ਦੇ ਸਾਰੇ ਮਸਲਸ ਵੀਕ ਹੁੰਦੇ ਆ ਇਕੱਲਾ ਉਹ ਨਹੀਂ ਸਾਰੇ ਮਸਲਸ ਵੀਕ ਹੁੰਦੇ ਆ ਔਰ ਬ੍ਰੇਨ ਵੀ ਵੀਕ ਹੁੰਦਾ ਉਹਨਾਂ ਨੂੰ ਸਟ੍ਰੈਸ ਵੀ ਜ਼ਿਆਦਾ ਜਲਦੀ ਹੁੰਦਾ ਅਸੀਂ ਤਾਂ ਕਹਿੰਦੇ ਹਾਂ ਚਾਹ ਪੀ ਕੇ ਸਾਡਾ ਦਿਮਾਗ ਖੁੱਲ੍ਹ ਜਾਂਦਾ ਅਤੇ ਤੁਸੀਂ ਕਹਿੰਦੇ ਆ ਕਿ ਕੈਫੀਨ ਦੇ ਨਾਲ ਨਹੀਂ ਕਿਉਂਕਿ ਹੁਣ ਜੇ ਥੋੜ੍ਹਾ ਬਹੁਤ ਸਾਡਾ ਅਸੀਂ ਕੰਮ ਦੇ ਉੱਤੇ ਥੱਕ ਜਾਂਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਕਿ ਨਹੀਂ ਅੱਜ ਤਾਂ ਬਹੁਤ ਲੌਂਗ ਡੇ ਸੀਗਾ ਚਲੋ ਲਿਆਓ ਇੱਕ ਬਲੈਕ ਕੌਫੀ ਲੈ ਕੇ ਆਓ ਤਾਂ ਕੋਈ ਵਿਟਾਮਿਨ ਖਾਓ ਨਾ ਤੁਸੀਂ ਐਵੋਕੈਡੋ ਖਾਓ ਤੁਸੀਂ ਕੋਈ ਕੇਲਾ ਖਾਓ ਅਨਾਰ ਖਾਓ ਮੰਗਾ ਕੇ ਮੈਲਨ ਖਾਓ ਵਾਟਰਮੈਲਨ ਖਾਓ ਤੁਸੀਂ ਕੋਈ ਚੰਗੀ ਚੀਜ਼ ਖਾਓ ਅਤੇ ਇਹ ਕੀ ਹੋਇਆ ਕੈਫੀਨ ਲੈ ਲਓ ਕੈਫੀਨ ਨੇ ਕੀ ਦੇਣਾ ਉਹਦੇ 'ਚ ਬਿਲਕੁਲ ਸੋ ਅੱਜ ਤੋਂ ਬਾਅਦ ਕੈਫੀਨ ਬੰਦ ਟੋਟਲੀ ਬੰਦ ਫਿਰ ਕੈਫੀਨ ਸਕਿਨ ਦੀ ਪ੍ਰੋਬਲਮਸ ਵੀ ਕਰਦੀਆਂ ਨੇ ਕੈਫੀਨ ਤੁਹਾਡੀ ਸਕਿਨ ਨੂੰ ਡਰਾਈ ਕਰਦੇ ਨੇ ਅਤੇ ਜਿਹੜੇ ਲੋਕ ਕੈਫੀਨ ਲੈਂਦੇ ਨੇ ਨਾ ਜਾਂ ਚਾਹ ਪੀਣ ਦੇ ਜ਼ਿਆਦਾ ਆਦੀ ਨੇ ਉਹਨਾਂ ਨੂੰ ਇਹ ਪ੍ਰੋਲੈਪਸ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਸੋ ਸਟਾਰਟਿੰਗ ਟਾਈਮ 'ਤੇ ਜਿਵੇਂ ਤੁਸੀਂ ਕਿਹਾ ਕਿ ਜੇ ਇਹ ਸਿਮਟਮ ਆਉਂਦੇ ਆ ਤਾਂ ਤੁਸੀਂ ਉਦੋਂ ਹੀ ਇਹਦੇ 'ਤੇ ਕਾਬੂ ਕਰਨਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਤਾਂ ਫੂਡ 'ਤੇ ਹੁਣ ਤੁਸੀਂ ਕੌਫੀ ਦੀ ਗੱਲ ਕੀਤੀ ਹੋਰ ਕਿਹੜੇ ਕਿਹੜੇ ਫੂਡ ਜਿਹੜੇ ਨੇ ਉਹ ਜਿਹੜੇ ਅੱਛੇ ਨੇ ਇਹਦੇ ਵਾਸਤੇ ਫੂਡ ਜੀ ਉਹ ਉਹਨਾਂ 'ਚ ਸਭ ਤੋਂ ਜ਼ਿਆਦਾ ਅੱਛਾ ਜਿਹੜਾ ਫੂਡ ਆ ਨਾ ਉਹ ਆਇਲਸ ਨੇ ਅੱਛਾ ਅੱਛੇ ਫੂਡ ਅੱਛੇ ਆਇਲਸ ਜਿਹਦੇ 'ਚ ਐਵੋਕੈਡੋ ਆਇਲ ਹੈ ਐਵੋਕੈਡੋ ਦਾ ਆਇਲ ਮਿਲ ਜਾਂਦਾ ਜੇ ਅਗਰ ਅਸਲੀ ਹੋਵੇ ਤਾਂ ਫਿਰ ਇਹਦੇ 'ਚ ਓਲਿਵ ਆਇਲ ਹੈ ਜਿਹਦੀ ਅਸੀਂ ਅਕਸਰ ਗੱਲ ਕਰਦੇ ਹਾਂ ਓਲਿਵ ਆਇਲ ਸਭ ਤੋਂ ਜ਼ਿਆਦਾ ਅੱਛਾ ਇਹਦੇ ਲਈ ਤੁਸੀਂ ਅਗਰ ਓਲਿਵ ਆਇਲ ਲਵੋ ਇੱਕ ਚਮਚ ਓਲਿਵ ਆਇਲ ਲੈਂਦੇ ਰਹੋ ਤੁਹਾਡੇ ਜਿੰਨੇ ਸਕਿਨ ਦੇ ਮਸਲਸ ਹੈ ਜਿੰਨੇ ਲਿਗਾਮੈਂਟਸ ਹੈ ਜਿੰਨੇ ਬੋਡੀ ਦੇ ਮਸਲਸ ਹੈ ਉਹਨਾਂ ਨੂੰ ਸਟਰੋਂਗ ਰੱਖਦਾ ਹੱਡੀਆਂ ਨੂੰ ਸਟਰੋਂਗ ਰੱਖਦਾ ਓਲਿਵ ਆਇਲ ਓਲਿਵ ਆਇਲ ਬੜੀ ਕੰਮ ਦੀ ਚੀਜ਼ ਹੈ ਐਵੋਕੈਡੋ ਆਇਲ ਖਾਸ ਤੌਰ 'ਤੇ ਪ੍ਰੋਲੈਪਸ ਲਈ ਹੁੰਦਾ ਹੈ ਅਗਰ ਅੱਧਾ ਚਮਚ ਐਵੋਕੈਡੋ ਆਇਲ ਤੁਸੀਂ ਰੋਜ਼ ਲਵੋ ਪ੍ਰੋਲੈਪਸ ਬੈਟਰ ਹੋ ਜਾਂਦਾ ਜੇ ਐਵੋਕੈਡੋ ਵੀ ਖਾ ਲਿਆ ਜਾਵੇ ਫਿਰ ਵੀ ਠੀਕ ਰਹਿੰਦਾ ਉਹ ਵੀ ਠੀਕ ਹੈ ਨਾ ਤੁਸੀਂ ਚਾਰ ਐਵੋਕੈਡੋ ਖਾਓਗੇ ਤਾਂ ਇੱਕ ਚਮਚਾ ਆਇਲ ਨਿਕਲਿਆ ਤਾਂ ਫਿਰ ਦੋ ਐਵੋਕੈਡੋ ਖਾਧਾ ਇੱਕ ਚਮਚਾ ਬਣਿਆ ਤਾਂ ਉਹ ਤੁਸੀਂ ਖਾ ਨਹੀਂ ਸਕਦੇ ਨਾ ਦੋ ਐਵੋਕੈਡੋ ਬਹੁਤ ਸਾਰੇ ਲੋਕਾਂ ਨੂੰ ਆਇਲ ਇਹਨੂੰ ਕੱਟ ਕੇ ਉਹਦਾ ਆਸਾਨ ਤਰੀਕਾ ਇਹ ਹੈ ਕਿ ਉਹਨੂੰ ਕੱਟ ਕੇ ਉਹਦੇ ਛੋਟੇ ਛੋਟੇ ਕਿਊਬਸ ਬਣਾ ਕੇ ਦੂਸਰੇ ਸੈਲਡ 'ਚ ਮਿਕਸ ਕਰਕੇ ਖਾ ਲਏ ਤੁਹਾਨੂੰ ਪਤਾ ਵੀ ਨਹੀਂ ਲੱਗੇ ਬਿਲਕੁਲ ਸੈਂਡਵਿਚ ਵਗੈਰਾ ਬਣਾ ਖਾ ਦੇ ਸਕਦੇ ਜੀ ਕੁਝ ਸੋ ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਧੀਆ ਹੋ ਸਕਦੀਆਂ ਓਮੇਗਾ 3 ਹੈ ਓਮੇਗਾ 3 ਇੱਕ ਬਹੁਤ ਅੱਛੀ ਫੂਡ ਹੈ ਪ੍ਰੋਲੈਪਸ ਲਈ ਓਮੇਗਾ 3 ਦੇ ਕੈਪਸੂਲ ਆਮ ਮਿਲ ਜਾਂਦੇ ਨੇ ਫਿਸ਼ ਆਇਲ ਹੈ ਉਹ ਬਹੁਤ ਅੱਛੀ ਦਵਾਈ ਹੈ ਇਹਦੇ ਲਈ ਫਿਸ਼ ਆਇਲ ਹੁਣ ਫਿਸ਼ ਆਇਲ ਨਹੀਂ ਖਾਂਦੇ ਤਾਂ ਓਮੇਗਾ 3 ਲੈ ਲਓ ਉਹ ਵੀ ਫਿਸ਼ ਤੋਂ ਹੀ ਆਉਂਦਾ ਅਤੇ ਉਹ ਇੱਕ ਗੱਲ ਤਾਂ ਇੱਕ ਹੀ ਹੈ ਫਿਰ ਇਹਦੇ ਲਈ ਗ੍ਰੀਨ ਵੈਜੀਟੇਬਲਸ ਜਿਹੜੀਆਂ ਨੇ ਉਹ ਬਹੁਤ ਅੱਛੀਆਂ ਨੇ ਗ੍ਰੀਨ ਵੈਜੀਟੇਬਲਸ 'ਚ ਹਰਬਸ ਵੀ ਬਹੁਤ ਸਾਰੀਆਂ ਆ ਜਾਂਦੀਆਂ ਨੇ ਥਾਇਮ ਹੈ ਉਹ ਬਹੁਤ ਅੱਛੀ ਸੇਜ ਹੈ ਸੇਜ ਬਹੁਤ ਅੱਛੀ ਇਹਦੇ ਵਾਸਤੇ ਹਰਬ ਹੈ ਇਹ ਤਾਂ ਮੁਸ਼ਕਲ ਹਰਬਸ ਨੇ ਤੁਹਾਨੂੰ ਓਰੀਗੈਨੋ ਆਸਾਨੀ ਨਾਲ ਮਿਲ ਜਾਂਦੀ ਹੈ ਔਰ ਜਿਹੜੀਆਂ ਡਰਾਈ ਹੁੰਦੀਆਂ ਉਹ ਵੀ ਯੂਜ਼ ਕੀਤੀਆਂ ਜਾ ਸਕਦੀਆਂ ਠੀਕ ਕੀਤੀਆਂ ਜਾ ਸਕਦੀਆਂ ਉਹ ਵੀ ਡਰਾਈ ਵੀ ਕਿਉਂਕਿ ਗ੍ਰੀਨ ਤੋਂ ਹੀ ਅਸੀਂ ਪਾ ਲੈਂਦੇ ਹਾਂ ਜੀ ਹਾਂ ਇਹ ਗ੍ਰੀਨ ਹੀ ਡਰਾਈ ਹੋ ਜਾਂਦੀਆਂ ਤੇ ਉਹ ਆਲਮੋਸਟ ਗ੍ਰੀਨ ਹੀ ਰਹਿੰਦੀਆਂ ਕਿਸੇ ਹੱਦ ਤੱਕ ਜੀ ਤੁਸੀਂ ਓਰੀਗੈਨੋ ਬਹੁਤ ਜ਼ਿਆਦਾ ਯੂਜ਼ ਕਰੋ ਬਹੁਤ ਅੱਛੀ ਇਹਦੇ ਵਾਸਤੇ ਬਿਲਕੁਲ ਫਿਰ ਇੱਕ ਤੁਹਾਡੇ ਘਰ 'ਚ ਹਰਬ ਹੈਗੀ ਆ ਜਿਹੜੀ ਸਾਰਾ ਦਿਨ ਤੁਹਾਡੇ ਅੱਗੇ ਪਈ ਹੁੰਦੀ ਹੈ ਸਲੰਤਰੋ
ਧਨੀਆ ਅਸੀਂ ਹਰ ਸਬਜ਼ੀ ਬਣਾਉਂਦੇ ਹਾਂ, ਹਰ ਚੀਜ਼ ਦੇ ਵਿੱਚ ਪਾ ਕੇ ਖਾਣਾ ਪਸੰਦ ਕਰਦੇ ਹਾਂ। ਉਹਨੂੰ ਬਰੀਕ ਕੱਟ ਕੇ ਆਪਣੇ ਫੂਡ ਦੇ ਉੱਪਰ ਇੱਕ ਚਮਚਾ ਪੂਰਾ ਛਿੜਕ ਲਓ। ਸਿਲਾਂਤਰੋ ਇਹਦੇ ਲਈ ਬਹੁਤ ਅੱਛਾ ਹੈ, ਪੁਦੀਨਾ ਬੜਾ ਅੱਛਾ ਹੈ, ਇਹਦੇ ਲਈ ਟਰਮੈਰਿਕ ਬੜੀ ਅੱਛੀ ਹੈ, ਹਲਦੀ, ਸੇਜ ਦਾ ਅਸੀਂ ਦੱਸ ਦਿੱਤਾ, ਹੋਰ ਬਹੁਤ ਸਾਰੀਆਂ ਫੂਡਸ ਨੇ ਜਿਹੜੀਆਂ ਇਹਦੇ ਲਈ ਸਟਰੈਂਥਨਿੰਗ ਜਿਹੜੀਆਂ ਫੂਡਸ ਨੇ ਨਾ, ਤਾਕਤ ਦੇਣ ਵਾਲੀਆਂ ਫੂਡਸ, ਉਹ ਸਾਰੀਆਂ ਇਹਦੇ ਲਈ ਅੱਛੀਆਂ। ਹੁਣ ਇਹ ਆਪਣੇ ਕੋਲ ਕਿੰਨਾ ਕੁ ਟਾਈਮ ਹੈਗਾ? ਆਪਣੇ ਕੋਲ ਹੈਗੀ ਹੈ 4-5 ਮਿੰਟ। ਅੱਛਾ, ਬਸ ਜੀ, ਜਿਹੜੀਆਂ ਫੂਡਸ ਤਾਂ ਚਲੋ ਇਹ ਤੁਸੀਂ ਖਾ ਹੀ ਰਹੋਗੇ, ਇਹ ਇਹਦੇ 'ਚੋਂ ਕੈਫੀਨ ਕੱਢ ਦਿਓ, ਜਿਹੜੀਆਂ ਤੰਗ ਕਰਨ ਵਾਲੀਆਂ ਚੀਜ਼ਾਂ, ਹਾਂ ਇੱਕ ਤੰਗ ਕਰਨ ਵਾਲੀਆਂ ਚੀਜ਼ਾਂ 'ਚੋਂ ਹੋਰ ਵੀ ਜਿਹੜੀ ਇਹਦੇ ਲਈ ਬੁਰੀ ਹੈ ਉਹ ਹੈ ਐਸਿਡਿਕ ਫੂਡਸ, ਜਿਹਨਾਂ 'ਚ ਐਸਿਡ ਹੁੰਦਾ, ਜਿਵੇਂ ਲੈਮਨ, ਔਰੇਂਜ ਹੈ, ਜਿਵੇਂ ਗਰੇਪਸ ਹੈ, ਇਹਨਾਂ 'ਚ ਐਸਿਡਿਟੀ ਹੁੰਦੀ ਹੈ, ਇਹ ਐਸਿਡਿਟੀਆਂ ਵਾਲੀਆਂ ਫੂਡਸ ਤੁਸੀਂ ਨਹੀਂ ਖਾਣੀਆਂ, ਉਹ ਵੀ ਇਹਦੇ ਓਪੋਜ਼ਿਟ ਹੈ। ਇਹਦੇ ਓਪੋਜ਼ਿਟ ਹੁਣ ਕਰ ਲਓ, ਜਿਹਨਾਂ 'ਚ ਪੀ ਐੱਚ ਲੈਵਲ ਹਾਈ ਹੁੰਦਾ, ਜਿਵੇਂ ਮਿੱਠਾ ਸੋਡਾ, ਬੇਕਿੰਗ ਸੋਡਾ, ਉਹਦਾ ਕੁਆਟਰ ਚਮਚ ਅਗਰ ਤੁਸੀਂ ਰੋਜ਼ ਇੱਕ ਗਲਾਸ ਪਾਣੀ 'ਚ ਪਾ ਕੇ ਪੀਓ, ਤੁਹਾਨੂੰ ਸਕੂਨ ਦੇਵੇਗਾ ਥੋੜ੍ਹਾ। ਇਲਾਜ ਨਹੀਂ ਇਹ ਸਾਰੀਆਂ ਚੀਜ਼ਾਂ ਨਾਲ ਹੋਏਗਾ, ਇਲਾਜ ਤਾਂ ਹੁਣ ਤੁਹਾਨੂੰ ਦਵਾਈ ਹੀ ਲੈਣੀ ਪੈਣੀ ਹੈ। ਇਹਨਾਂ ਚੀਜ਼ਾਂ ਨੇ ਹੋਏਗਾ ਕਿ ਉਹਦਾ ਵਰਸਨਿੰਗ ਜਿਹੜਾ ਉਹ ਖਰਾਬ ਹੋ ਰਹੀ ਹੈ ਨਾ, ਉਹ ਰੁਕ ਜਾਏਗੀ।